ਅਸਲਾਮੁਅਲੈਕੁਮ ਰਹਿਮਤੁਲਲਾਹ ਬਰਕਾਤੁਹੂ। ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਆਪਣਾ ਚੈਨਲ ਯੂਟਿਊਬ ਅਤੇ ਫੇਸਬੁੱਕ। ਦੋਸਤੋ, ਇਹਨੂੰ ਲਾਈਕ ਵੀ ਕਰਿਓ ਜੇ ਅਤੇ ਬਰਾਏ ਮਿਹਰਬਾਨੀ ਨੂੰ ਸ਼ੇਅਰ ਵੀ ਕਰਿਆ ਜੇ। ਬਾਗ ਬਹਾਰਾਂ ਅਤੇ ਗੁਲਜ਼ਾਰਾਂ, ਬਿਨ ਯਾਰਾਂ ਕਿਸਕਾਰੀ, ਯਾਰ ਮਿਲਣ ਦੁੱਖ ਜਾਣ ਹਜ਼ਾਰਾਂ, ਅਤੇ ਮੈਂ ਸ਼ੁਕਰ ਕਰਾਂ ਲੱਖ ਵਾਰੀ। ਦੋਸਤੋ, ਅੱਜ ਇਤਵਾਰ ਦਾ ਦਿਨ ਹੈ, ਤੁਹਾਨੂੰ ਪਤਾ ਇਤਵਾਰ ਦੇ ਦਿਨ ਅਸੀਂ ਮਲਕ ਫਾਰੂਕ ਸਾਹਿਬ ਦੀ ਵੀਡੀਓ ਬਣਾਉਂਦੇ ਹਾਂ। ਮਲਕ ਫਾਰੂਕ ਸਾਹਿਬ ਨਾਲ ਤੁਹਾਡਾ ਤਾਰਫ ਕਰਾਉਂਦੇ ਹਾਂ। ਇਹ 50 ਸ਼ਹਿਰ ਦੇ ਨਾਲ ਸਾਰੋ ਕੀ ਪਿੰਡ ਹੈ, ਇੱਥੇ ਦੇ ਰਿਹਾਸ਼ੀ ਨੇ, ਤੇ ਇਹਨਾਂ ਨਾਲ ਤੁਹਾਡਾ ਤਾਰਫ ਕਰਾਉਣੇ। ਅਸਲਾਮ ਅਲੈਕੁਮ ਰਹਿਮਤੁਲਲਾਹ। ਵਾਲੇਕੁਮ ਸਲਾਮ ਵ ਰਹਿਮਤੁਲਲਾਹ ਵ ਬਰਕਾਤ। ਮਲਕ ਸਾਹਿਬ, ਤੁਸੀਂ ਦੱਸੋ ਕਿ ਤੁਹਾਨੂੰ ਇਹ ਜਾਨਵਰਾਂ ਦੀ ਇਨਫੋਰਮੇਸ਼ਨ ਦੋਸਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਣਾ ਚਾਹੁੰਦੇ ਜੀ? ਸਰ, ਮੇਰਾ ਨਾਮ ਮਲਕ ਫਾਰੂਕ ਹੈ, ਸਾਰੋ ਕੀ ਪਿੰਡ ਹੈ, ਮੇਰਾ ਨਹਿਰ ਦੇ ਉੱਤੇ ਡੇਰਾ ਹੈ ਜੀ। ਤੇ ਇਤਵਾਰ ਵਾਲੇ ਦਿਨ ਮੇਰੀ ਹਰ ਇਤਵਾਰ ਵੀਡੀਓ ਚੜ੍ਹਦੀ ਹੈ। ਪਿਛਲੇ ਇਤਵਾਰ ਦੀ ਮਾਦਰਾ ਚਾਹੁੰਦੇ ਹਾਂ ਜੀ। ਅੱਜ 3 ਤਰੀਕ ਹੈ, 2021 ਹੈ, ਮਾਸ਼ਾਅੱਲਾ। ਇਨਸ਼ਾਅੱਲਾ ਹੁਕਮ ਅੱਲਾ ਦੇ ਨਾਲ ਸੱਜਣਾ ਤੇ ਭਰਾਵਾਂ ਵਾਸਤੇ ਅੰਦਰੂਨੇ ਮੁਲਕ ਬਰੂਨੇ ਮੁਲਕ ਸਾਹਿਬ ਨੂੰ ਸਲਾਮ ਹੈ, ਤੇ ਉਹਨਾਂ ਵਾਸਤੇ ਅਸੀਂ ਚੀਜ਼ਾਂ ਢੂੰਡ ਕੇ ਲਿਆਉਂਦੇ ਹਾਂ ਤੇ ਉਹਨਾਂ ਦੀ ਖਿਦਮਤ ਕਰਨ ਵਾਸਤੇ, ਤੇ ਅੱਜ ਡੰਗਰ ਵੇਖਣ ਦੇ ਤੇ ਖੁਸ਼ ਹੋਣ ਦੇ। ਇਹ ਜਿਹੜਾ ਤੁਹਾਡਾ ਝੋਟਾ ਨੰਬਰ 1 ਹੈ, ਇਹਦੀ ਖਸੂਸੀਅਤ ਨਾਜ਼ਰੀਨ ਅੱਗੇ ਬਿਆਨ ਕਰੋ। ਇਹ ਹੈ ਝੋਟਾ ਨੰਬਰ 1 ਹੈ, ਪਿਓਰ ਨੀਲੀ ਤੇ ਰਾਵੀ ਦਾ ਝੋਟਾ ਹੈ। ਇਹਦੇ ਝੋਟੇ ਦੇ ਉੱਤੇ ਰੇਸ਼ਮ ਵੇਖੋ, ਪਤਾ ਲੱਗੇ ਝੋਟਾ ਮੂੰਹ ਦੇ ਵਿੱਚੋਂ ਖੀਰਾ ਜੀ। ਤੇ ਝੋਟੇ ਦੀ ਪੂਛਲ ਵੇਖੋ, ਪੀਲੇ ਹਾਰ ਪਤਲੀ, ਮਾਸ਼ਾਅੱਲਾ। ਤੇ ਝੋਟੇ ਦੀਆਂ ਵੇਖੋ ਸਿੰਗੀਆਂ, ਤੇ ਝੋਟੇ ਦੇ ਰੰਗ ਵੱਲ ਨਜ਼ਰ ਮਾਰੋ, ਉੱਤੇ ਰੇਸ਼ਮ ਵੇਖੋ, ਮਾਸ਼ਾਅੱਲਾ। ਤੇ ਜੇ ਝੋਟਾ ਇਹ ਵੀ ਸਜਣਾ ਨੂੰ ਪਸੰਦ ਨਾ ਆਵੇ, ਭਰਾਵਾਂ ਨੂੰ ਤੇ ਉਹਨਾਂ ਦੀ ਮਰਜ਼ੀ, ਤੱਕੋ ਮੂੰਹ ਦੇ ਵਿੱਚੋਂ ਖੀਰਾ ਜੀ ਜੀ। ਇਹਦੀ ਉਮਰ ਤੱਕ ਹੋਈ ਹੈ, ਤੇ ਝੋਟੇ ਦਾ ਕੱਦ ਬਹੁਤੇ ਹੁਸਨ ਤੱਕੋ, ਠੀਕ ਹੈ। ਅੱਲਾ ਪਾਕ ਨੇ ਕਿੱਡੇ ਰੰਗ ਲਾਏ ਨੇ ਇਸ ਝੋਟੇ ਦੇ ਉੱਤੇ। ਤੇ ਝੋਟਾ ਜੇ ਪਸੰਦ ਨਾ ਆਵੇ ਭਰਾਵਾਂ ਨੂੰ, ਤੇ ਮੈਂ ਜਵਾਬਦਾਰ ਹਾਂ ਇਨਸ਼ਾਅੱਲਾ। ਇਹ ਝੋਟਾ ਜਿਹੜਾ ਤੁਹਾਡਾ, ਇਹ ਨਾਜ਼ਰੀਨ ਬਰੀਡਿੰਗ ਵਾਸਤੇ ਵੀ ਇਸਤੇਮਾਲ ਕਰ ਸਕਦੇ ਨੇ? ਇਹ ਬਰੀਡਿੰਗ ਵਾਸਤੇ ਝੋਟਾ ਕੋਣ ਵਾਲਾ ਨਹੀਂ ਹੈ, ਇਹ ਝੋਟਾ ਬਰੀਡਿੰਗ ਵਾਲਾ ਹੈ। ਜਿਹਦੇ ਨੀਲੀ ਰਾਵੀ ਦੇ ਝੋਟੇ ਰੋਜ਼ ਨਹੀਂ ਲੱਭਦੇ, ਠੀਕ ਹੈ। ਤੇ ਇਨਸ਼ਾਅੱਲਾ ਇਹਦੀ ਕੀਮਤ ਪਿਆਰ ਮੁਹੱਬਤ ਨਾਲ 1,20,000 ਰੁਪਈਆ ਮਾਸ਼ਾਅੱਲਾ। ਤੇ ਝੋਟਾ ਨੰਬਰ 2 ਆਪਣਾ ਵਾਹ ਕਿਹੜਾ ਜੇ? ਇਹ ਝੋਟਾ ਨੰਬਰ 2 ਜੇ ਜੀ। ਇਸ ਝੋਟੇ ਦਾ ਮੂੰਹ ਦੇ ਵਿੱਚੋਂ ਦੋਂਦਾ ਜੇ ਜੀ, ਤੇ ਵੇਖੋ ਕਿੰਨਾ ਬਰੀਕ ਸਿੰਗੀਆਂ, ਵੇਖੋ ਕੱਦ ਬੁੱਤ, ਵੇਖੋ ਥੱਕੇ ਆ ਸਫ਼ਰ ਦਾ, ਭੁੱਖਾ ਹੈ, ਇਹ ਤੁਹਾਡੀ ਰਜਿਆ ਨਹੀਂ ਪੂਰਾ, ਠੀਕ ਹੈ। ਇਹ ਕਿਹੜੇ ਇਲਾਕੇ ਦਾ ਜੇ? ਇਹ ਵੀ ਉੱਥੋਂ ਹੀ ਲੈ ਕੇ ਆਏ ਹਾਂ, ਮੈਂ ਡੰਗਰ ਹੀ ਉੱਥੋਂ ਲੈ ਕੇ ਆਉਂਦਾ ਵਾਂ। ਜਿਹੜੇ ਬੰਦੇ ਨੂੰ ਕੋਈ ਸ਼ੱਕ ਹੋਵੇ ਤਾਂ ਜਾ ਕੇ ਖੂਨ ਚੈੱਕ ਕਰਾ ਲੇ, ਠੀਕ ਹੈ। ਆ ਕੇ ਸਮਝ ਇਹਨਾਂ ਝੋਟਿਆਂ ਦਾ ਵੀ ਤੇ ਝੋਟੀਆਂ ਦਾ ਵੀ, ਠੀਕ। ਇਨਸ਼ਾਅੱਲਾ ਹੁਕਮ ਅੱਲਾ ਦੇ ਨਾਲ ਅਸੀਂ ਭਰਾਵਾਂ ਸਜਣਾ ਵਾਸਤੇ ਚੰਗੀ ਤੋਂ ਚੰਗੀ ਚੀਜ਼ ਢੂੰਡ ਕੇ ਲਿਆਉਂਦੇ ਹਾਂ। ਜ਼ਰਾ ਮਾੜਾ ਲਿੱਸਾ ਝੋਟਾ, ਲੇਕਿਨ ਉਸੇ ਹਿਸਾਬ ਨਾਲ ਕੀਮਤ ਵੀ ਅਸੀਂ ਸਜਣਾ ਭਰਾਵਾਂ ਨੂੰ ਦੱਸਾਂਗੇ। ਦੋਂਦਾ ਮੂੰਹ ਦੇ ਵਿੱਚੋਂ ਦੋਂਦਾ, ਇਹ ਝੋਟਾ ਮੂੰਹ 'ਚੋਂ ਦੋਂਦਾ ਹੋ ਗਿਆ, ਠੀਕ ਹੈ। ਤੇ ਇਨਸ਼ਾਅੱਲਾ ਝੋਟੇ ਨੰਬਰ 2 ਦੀ ਕੀਮਤ ਹੈ ਸਿਰਫ ਭਰਾਵਾਂ ਵਾਸਤੇ 1,07,000 ਰੁਪਇਆ। ਮਾਸ਼ਾਅੱਲਾ ਜੀ, ਕੀਮਤ ਬੜੀ ਮੁਨਾਸਿਬ ਹੈ, ਨਸਲੀ ਜਾਨਵਰ ਨੇ, ਇਤਨੇ ਸਸਤੇ ਕਿਰੋ ਵੀ ਨਹੀਂ ਲੱਗਦੇ। ਝੋਟਾ ਨੰਬਰ 3 ਕਿਹੜਾ ਜੇ ਤੁਹਾਡਾ? ਇਹ ਝੋਟੀ ਦੀ ਝੋਟੀ ਨੰਬਰ 1 ਆ ਗਈ, ਝੋਟੀ ਨੰਬਰ 1 ਜੀ। ਇਸ ਝੋਟੀ ਦਾ ਮੇਰਾ ਆਪਣਾ ਦਿਲ ਪਿਆ ਕਰਦਾ ਸੀ, ਮੈਂ ਭਰਾਵਾਂ ਨੂੰ ਫੜ ਕੇ ਤੇ ਇਹਦਾ ਸ਼ੌਕ ਕਰਾਂ, ਮਾਸ਼ਾਅੱਲਾ। ਤੇ ਅੱਗੇ ਮੈਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ, ਸੁਵਾ ਦੁਆਣਾ ਤੇ ਕਾਲਾ ਬੱਟ ਨਸੀਬਾਂ ਨਾਲ ਲੱਭਦਾ, ਠੀਕ ਹੈ। ਤੇ 5 ਕਲਿਆਣ ਝੋਟੀ ਰੱਤੇ ਰੰਗ ਦੇ ਵਿੱਚ ਨਸੀਬਾਂ ਨਾਲ ਲੱਭਦੀ ਹੈ। ਝੋਟੀ ਦੇ ਨਜ਼ਰ ਮਾਰੋ ਗੁੱਲਾਂ ਉੱਤੇ, ਤੇ ਪੁੱਠੇ ਉੱਤੇ, ਤੇ ਅੱਡੀ ਉੱਤੇ, ਏਡੇ ਡੁੰਗਲ, ਮਤਲਬ ਲੰਮੇ ਗੋਲ ਝੋਟੀ ਦੇ। ਤੇ ਮੱਥਿਓ ਵੇਖੋ ਅੱਲਾ ਪਾਕ ਨੇ ਕਿੰਨਾ ਹੁਸਨ ਦਿੱਤੇ ਆ। ਮਲਕ ਸਾਹਿਬ, ਇਹ ਦੱਸੋ ਇਹ ਕਿਹੜੀ ਨਸਲ ਦੀ ਜੇ? ਜੀ, ਇਹ ਬੂਰੇ ਵਾਲੂ ਆਂਦੀ ਜੇ, ਤੇ ਪੂਰੇ ਰੰਗ ਦੀ ਜੇ, ਤੇ 5 ਕਲਿਆਣ ਜੇ, ਪੈਰ ਵੀ ਧੋਤੇ ਜੇ, ਮੱਥਿਓ ਵੀ ਬੱਲੀ ਜੇ, ਤੇ ਲੀਕ ਵੀ ਜੇ, ਤੇ ਮੂੰਹ ਦੇ ਵਿੱਚੋਂ ਚੌਕ ਦੀ ਦੰਦੀ ਸੱਟੀ ਸੂ। ਸਿਰਫ ਪਿਆਰ ਮੁਹੱਬਤ ਨਾਲ 1,15,000 ਰੁਪਈਆ। ਮਾਸ਼ਾਅੱਲਾ, ਕੀਮਤ ਮੁਨਾਸਬ
ਛੋਟੀ ਨੰਬਰ 2 ਕਿਹੜੀ ਜੀ? ਜੀ ਛੋਟੀ ਨੰਬਰ 2 ਜੀ ਤੇ ਨੀਲੀ ਰਾਵੀ ਬੰਦੇ ਆਂਦੇ ਨੇ ਵਾ ਡੰਗਰ ਨਹੀਂ ਲੱਭਦੇ। ਇੱਧਰ ਨਜ਼ਰ ਮਾਰੋ ਝੋਟੀ ਦੀ ਬੁੱਥੀ ਤੇ, ਇਹ ਬੁੱਥੀ ਵੇਖੋ ਝੋਟੀ ਦੀ ਤੇ ਸਿੰਗੀਆਂ ਵੇਖੋ, 4 ਉਂਗਲਾਂ ਵੀ ਨਹੀਂ, 3 ਉਂਗਲਾਂ ਦੇ ਵਿੱਚ ਸਿੰਗੀਆਂ ਆਉਣਦੀਆਂ, ਕਦੇ 10 ਸੂਵੇ ਸੂਵੇ ਤੇ ਹੱਡੀ ਦੇ ਉੱਤੇ ਨਜ਼ਰ ਮਾਰੋ, ਪੁੱਠਿਆਂ ਦੇ ਉੱਤੇ 1 ਹੱਡੀ ਤੇ ਗੁੱਲ ਝੋਟੀ ਦੇ ਥੱਲਿਓ ਵਹਾਓ ਵਹਾਓ ਬੰਦਿਆਂ ਨੂੰ ਤੇ ਪੁੱਛ ਲਾਲ ਨਜ਼ਰ ਮਾਰੋ ਉਂਗਲ ਜਿੰਨੀ ਮੋਟੀ। ਜੇ ਮਜ਼ਾ ਨਾ ਆਵੇ ਡੰਗਰਾਂ ਦਾ ਤੇ ਮੈਂ ਮਤਲਬ ਕਿ ਭਰਾ ਨੂੰ ਡੰਗਰ ਲਿਆ ਕੇ ਦੇਣੇ ਛੱਡ ਦਿਆਂਗਾ। ਮਲਕ ਸਾਹਿਬ ਤੁਸੀਂ ਇਹ ਦੱਸੋ ਨਵੇਂ ਬੰਦਿਆਂ ਵਾਸਤੇ ਤੁਸੀਂ ਸਾਨੂੰ ਪੈਗਾਮ ਦਿਓ ਕਿ ਇਹ ਦੁੱਧ ਕਿੰਨਾ ਦੇਣ ਦੀ ਸਮਝਾਂ। ਦੇਖੋ ਜੀ ਆਪਣੇ ਨਸੀਬ ਨੇ 18-20 ਗੜਵੀਆਂ ਦੁੱਧ ਜਿਹੜਾ ਨਾ ਦਿੰਦੀਆਂ ਨੇ, ਲੇਕਿਨ ਪਹਿਲੀ ਝੋਟੀ ਜਿਹੜੀ ਪਹਿਲਣ ਹੁੰਦੀ ਹੈ ਕੂੜ 18-20, 10-12-13 ਸਿਰ ਦੁੱਧ ਦਿੰਦੀਆਂ ਨੇ ਪਹਿਲਣਾ। ਇਹ ਕਿੰਨੇ ਦੰਦ ਜੇ? ਇਹ ਜੀ ਦੋਂਦੀ ਜੇ ਮੂੰਹ ਦੇ ਵਿੱਚੋਂ, ਇਹਦੀ ਕੀਮਤ ਜੇ ਸਿਰਫ 1,14,000 ਰੁਪਈਆ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਝੋਟੀ ਨੰਬਰ 3 ਕਿਹੜੀ ਹੈ? ਝੋਟੀ ਨੰਬਰ 3 ਜੇ ਇਸ ਝੋਟੀ ਨੂੰ ਮੇਰੇ ਕੋਲੇ ਹੋ ਗਏ ਜੀ ਅੱਜ ਤਕਰੀਬਨ 18-20 ਦਿਨ। ਇਹ ਕ੍ਰਾਸ ਆਉਂਦਿਆਂ ਹੋਈ ਸੀ ਝੋਟੀ ਮੇਰੇ ਘਰ ਹੀ, ਠੀਕ ਹੈ। ਇਹ ਵੀ ਮੱਥਿਓ ਬੋਲੀ ਤੇ ਪੈਰ ਵੀ ਧੋਤੇ ਤੇ ਸੋਹਣੀ ਝੋਟੀ, ਅੱਲਾ ਪਾਕ ਜ਼ਿੰਦਗੀ ਦੇ। ਝੋਟੀ ਵੱਲ ਵੇਖ ਲਓ, ਨਜ਼ਰ ਮਾਰੋ, ਪੁੱਠੇ ਵੀ ਸਭ ਕੁਛ, ਸਿਰਫ ਤੁਹਾਡੇ ਤੋਂ ਨਾ ਥੋੜ੍ਹੀ ਡਰਦੀ ਹੈ। ਕਿਹੜੇ ਨਸਲ ਦੀ ਜੇ? ਇਹ ਮੈਂ ਉੱਥੋਂ ਹੀ ਲੈ ਕੇ ਆਉਂਦਾ ਜੇ ਸਾਰੇ ਡੰਗਰ, ਠੀਕ ਹੈ। ਮੈਂ ਉਸੇ ਜੂ 'ਚ ਲੈ ਕੇ ਆਉਂਦਾ ਅਰਬਵਾਲ ਤੋਂ ਨੀਲੀ ਰਾਵੀ। ਤੇ ਇਹ ਝੋਟੀ ਦੀ ਕੀਮਤ ਜੇ 1,07,000 ਰੁਪਈਆ ਮੂੰਹ ਚੋਂ ਦੋਂਦੀ ਜੇ। ਮੂੰਹ ਤੋਂ ਦੋਂਦੀ ਜੇ ਜੀ ਜੀ। ਥੋੜੀ ਮਜ਼ੀਦ ਢੋਰ ਕੇ ਦੱਸੋ। ਢੋਰ ਕੇ ਵਹਾਓ ਜੀ, ਅਗਾ ਢੋਰ ਦਰਦੀ ਹੈ ਭਈ ਤੁਹਾਡੇ ਤੋਂ। ਝੋਟੀ ਨੰਬਰ 4 ਹੈ? ਝੋਟੀ ਨੰਬਰ 4 ਇਹ ਮੂੰਹ ਦੇ ਵਿੱਚੋਂ ਖੀਰੀ ਜੇ ਜੀ ਝੋਟੀ। ਤੇ ਮਾਸ਼ਾਅੱਲਾ ਝੋਟੀ ਦੇ ਉੱਤੇ ਹੁਸਨ ਵੇਖੋ ਤੇ ਝੋਟੀ ਦਾ ਰੰਗ ਵੇਖੋ ਤੇ ਝੋਟੀ ਦੀਆਂ ਅੱਖਾਂ ਵੇਖੋ। ਅੱਲਾ ਪਾਕ ਨੇ ਸਭ ਕੁਝ ਦਿੱਤੀ ਆ, ਮਾਲਕ ਨੇ ਹੁਸਨ ਵੀ ਰੰਗ ਵੀ ਇਹ ਘੱਡੀ ਦੀ ਸਭ ਕੁਝ। ਤੇ ਗੁੱਲਿਆਂ ਵੱਲ ਨਜ਼ਰ ਮਾਰੋ ਝੋਟੀ ਦੇ ਹਾਲ, ਥੱਲੇ ਗੁੱਲ ਵੇਖੋ ਤੇ ਝੋਟੀ ਮਾਸ਼ਾਅੱਲਾ ਪੂਰੀ ਨਸਲ ਵਿੱਚ। ਇਹਦੀ ਇਹ ਕਿੰਨੇ ਦੰਦ ਜੇ? ਇਹ ਜੀ ਦੋਂਦੀ ਮੂੰਹ ਦੇ ਵਿੱਚੋਂ ਪਤਾ ਨਹੀਂ, ਮੈਂ ਨਹੀਂ ਵੇਖਿਆ, ਖੀਰੀ ਸੀ ਵੀ, ਹੋ ਸਕਦਾ ਦੋਂਦੀ ਹੋ ਗਈ ਹੋਵੇ ਜੀ, ਠੀਕ ਹੈ। ਇਹਦੀ ਕੀਮਤ ਜੇ 1,05,000 ਰੁਪਈਆ ਇਹ ਝੋਟੀ ਦੀ ਕੀਮਤ। ਮਾਸ਼ਾਅੱਲਾ ਮੁਨਾਸਬ ਹੀ ਇਹਦੀ। ਝੋਟੀ ਵੱਲ ਨਜ਼ਰ ਮਾਰੋ, ਕਾਦਰ ਵੇਲ ਹਰ ਸ਼ੈ, ਠੀਕ ਹੈ। ਝੋਟੀ ਮਾਸ਼ਾਅੱਲਾ ਅੱਛੀ ਹੈ, ਝੋਟੀ ਨੂੰ ਬੜੀ ਸੋਹਣੀ ਝੋਟੀ ਹੈ। ਤੇ ਇਹ ਝੋਟੀ ਨੰਬਰ 5 ਦੇ ਦੀ ਕੀਮਤ ਜੇ ਸਿਰਫ ਔਰ ਸਿਰਫ ਭਰਾਵਾਂ ਵਾਸਤੇ 1,13,000 ਰੁਪਈਆ। ਮਾਸ਼ਾਅੱਲਾ। ਲਓ ਜੀ ਦੋਸਤੋ, ਤੁਹਾਡਾ ਮੇਜ਼ਬਾਨ ਫਿਆਜ਼ ਗੌਰ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਜਿਹੜਾ ਦੋਸਤਾਂ ਨੇ ਇਹ ਕਾਰੋਬਾਰ ਕਰਨਾ, ਬਹੁਤ ਹੀ ਨਸਲੀ ਜਾਨਵਰ ਮਲਕ ਸਾਹਿਬ ਕੋਲ ਤੁਹਾਨੂੰ ਲੱਭ ਸਕਦੇ ਨੇ। ਇਹ ਬੱਚਾ ਵੇਖੋ ਜੀ, ਮੂੰਹ ਦੇ ਵਿੱਚੋਂ ਦੋਂਦਾ ਤੇ ਬੱਚਾ ਰੰਗ ਦਾ ਸਿਆਹ ਕਾਲਾ, ਮੱਥੇ ਦੇ ਉੱਤੇ ਬੋਲ, ਅੱਲਾ ਪਾਕ ਨੇ ਕਿੰਨਾ ਹੁਸਨ ਦਿੱਤੇ ਆ ਇਹਨੂੰ। ਇਹ ਫੜ ਤੇ ਤੋਰਗਾ, ਵੇਖੋ ਬੱਚੇ ਵੱਲੋਂ। ਇਹ ਭਰਾਵਾਂ ਵਾਸਤੇ ਬੱਚਾ ਲੈ ਕੇ ਇੱਥੇ, ਮੇਰਾ ਇੱਕ ਦੋਸਤ ਸੀ ਮੇਰੇ ਨਾਲ ਹੀ ਪਹਾੜਿਆਂ ਵਾਲੀ। ਇਹ ਕਿਹੜੀ ਨਸਲ ਦਾ ਜੇ? ਇਹ ਕ੍ਰਾਸ ਵਿੱਚ ਹੀ ਹੈ ਸਾਈਵਾਲ ਜੀ। ਇਹ ਕਿੰਨੇ ਦੰਦ ਜੇ? ਇਹ ਮੂੰਹ ਜੂ ਦੰਦਾ ਹੋ ਗਿਆ, ਠੀਕ ਹੈ। ਇਹ ਉਸ ਭਰਾ ਨੇ ਮੈਨੂੰ ਦੇ ਛੱਡਿਆ ਸੀ ਗਿਫਟ ਕਰਕੇ, ਤਾਂ ਮੈਂ ਕਿਹਾ ਚਲੋ ਜਿਹੜੇ ਭਰਾ ਨੂੰ ਚਾਹੀਦਾ। ਦੱਸੋ ਅੰਦਾਜ਼ਨ ਕਿੰਨਾ ਵਜ਼ਨ ਹੈ? ਅੰਦਾਜ਼ਨ ਵਜ਼ਨ 5 ਮਣ, 5.5 ਮਣ ਹੋਵੇ ਦਾ ਇਹਦਾ ਜੀ। ਤਾਂ ਇਹਦੀ ਕੀਮਤ ਸਿਰਫ 95,000 ਰੁਪਈਆ। ਮਾਸ਼ਾਅੱਲਾ, ਕੀਮਤ ਮੁਨਾਸਬ ਹੈ ਮਲਕ ਸਾਹਿਬ। ਤੇ ਸਾਡੇ ਨਾਜ਼ਰੀਨ ਨਾਲ ਤੁਸੀਂ ਹੋਰ ਕਿਹੜੀ ਗੱਲ ਕਰਨਾ ਚਾਹੁੰਦੇ ਹੋ, ਜ਼ਰਾ ਕਰੋ। ਇਹ ਮੈਂ ਡੰਗਰ ਭਰਾਵਾਂ ਨੂੰ ਵਹਾ ਕੇ ਤੇ ਮੈਂ ਭਰਾਵਾਂ ਨੂੰ ਇੱਕ ਸ਼ੇਰ ਸੁਣਾਉਣਾ ਅੱਜ ਮੀਆਂ ਸਾਹਿਬ ਦਾ, ਜਿਹੜੇ ਭਰਾ ਮੇਰੇ ਰਾਜ਼ੀ ਹੋਣ ਦੇ। ਆਹ ਵੇਖੋ, ਇਹ ਜੀ ਬੱਚਾ ਨੰਬਰ 2 ਜੀ ਤੇ ਮੂੰਹ ਚੋਂ ਦੋਂਦਾ
ਇਹ ਜ਼ਰਾ ਠੰਡ ਹੈ, ਉੱਤੋਂ ਬਾਰਿਸ਼ ਲੱਗੀ ਹੈ ਅਤੇ ਨਵਾਏ ਸ਼ਵਾਏ ਨਹੀਂ ਡੰਗਰ ਜ਼ਰਾ, ਆਖਿਆ ਠੰਡ ਨਾ ਲੱਗ ਜਾਏ। ਤੁਹਾਨੂੰ ਪਤਾ ਗੋਕਾ ਮਾਲ ਇਹਨਾਂ ਠੰਡ ਲੱਗ ਜਾਂਦੀ ਹੈ ਅਤੇ ਮੂੰਹ ਜੋ ਦੋਂਦਾ। ਇਸ ਬੱਚੇ ਦੀ ਕੀਮਤ 1,13,000 ਰੁਪਈਆ, ਕੱਦ ਬਹੁਤ ਹਰ ਸ਼ਾਇਦ ਸਾਰਿਆਂ ਭਰਾਵਾਂ ਦੇ ਸਾਹਮਣੇ ਵੇ, ਰੰਗ ਨਸਲ ਸਾਹੀਵਾਲ ਅਤੇ ਪੂਰਾ ਸੋਹਣਾ ਗੋਰੇ ਰੰਗ ਦੇ ਵਿੱਚ ਬੱਚਾ। ਮਾਸ਼ਾਅੱਲਾ, ਇਹਦੀ ਕੀਮਤ ਸਿਰਫ 1,13,000 ਰੁਪਈਆ। ਇਹ ਕਿੰਨੇ ਦੰਦ ਜੇ? ਇਹ ਮੂੰਹ ਚੋਂ ਦੋਂਦਾ ਜੇ, ਦੋਂਦਾ ਹੋ ਗਿਆ ਮੂੰਹ। ਇਹ ਵੱਛੀ ਆ ਗਈ ਜੇ ਜੀ, ਵਲੈਤੀ ਵਲੈਤੀ ਤੇ ਭਰਾਵਾਂ ਵਾਸਤੇ ਗਿਫਟ, ਜਿਹੜਾ ਵੇਖ ਕੇ ਤੇ ਖੁਸ਼ ਹੋਣ ਰਾਜ਼ੀ ਹੋਣ ਮੇਰੇ ਤੇ, ਵੇਖੋ ਵੱਛੀ ਉਹਨਾਂ ਦੇ ਵਾਸਤੇ। ਉਮਰ ਕਿੰਨੀ? ਉਮਰ ਇਹਦੀ ਕਿੰਨੀ ਹੈ? ਸਾਰੀ ਉਮਰ ਹੋਣੀ ਹੈ, ਜ਼ਿਆਦਾ ਤੋਂ ਜ਼ਿਆਦਾ 5-6 ਮਹੀਨੇ ਉਮਰ ਹੋਵੇ ਦੀ ਜੀ, ਤੇ ਇਹਨੇ ਹੋਰ 4 ਮਹੀਨਿਆਂ ਨੂੰ ਕ੍ਰਾਸ ਵੀ ਹੋ ਜਾਣਾ। ਕਦ ਵੇਖੋ ਤੇ ਰਵੇਲ ਤੱਕੋ ਇਹਦੀ, ਇਹ 5 ਲੱਖ ਦੀ ਗਾਂ ਬਣਨੀ ਹੈ ਇਨਸ਼ਾਅੱਲਾ। ਕੀਮਤ ਥੋੜ੍ਹੀ ਜਿਹੀ ਹੈ, ਸਿਰਫ 65,000 ਰੁਪਈਆ। ਸੁਭਾਨ ਅੱਲਾ। ਤੇ ਮੂੰਹ ਦੇ ਵਿੱਚੋਂ ਖੀਰੀ ਹੈ ਤੇ ਇੱਕ ਵੱਛੀ ਹੈ ਹੋਰ ਤੁਹਾਨੂੰ ਬਹਾਨੇ ਆ ਜੀ, ਚੋਲਸਤਾਨੀ ਕ੍ਰਾਸ ਦੇ ਵਿੱਚ ਵਲੈਤੀ ਤੇ ਚੋਲਸਤਾਨੀ, ਠੀਕ ਹੈ। ਤੇ ਇਨਸ਼ਾਅੱਲਾ ਉਹ ਵੀ ਵੱਛੀ ਜਿਹੜੀ ਹੈ ਬੜੀ ਅੱਛੀ ਹੈ, ਅੱਜ ਮੈਨੂੰ ਹੋ ਗਏ ਨੇ ਉਹ ਵੀ 20 ਦਿਨ ਲਿਆਂਦੇ ਆ, ਠੀਕ ਹੈ। ਤੇ ਵੱਛੀ ਜਿਹੜੀ ਹੈ ਬੜੀ ਅੱਛੀ, ਉਹ ਵੀ ਅੱਗੇ ਤਾਂ ਲਿਸੀ ਸੀ, ਹੁਣ ਮਾਸ਼ਾਅੱਲਾ ਕੋਈ ਵੰਡਾ ਤਾਂ ਖਾਂਦੀ ਹੈ। ਤੇ ਵੱਛੀ ਜਿਹੜੀ ਹੈ ਮਾਸ਼ਾਅੱਲਾ ਬਣ ਆਈ ਹੈ। ਇਹ ਵੱਛੀ ਨੰਬਰ ਜੇ 2 ਚੋਲਸਤਾਨੀ ਤੇ ਵਲੈਤੀ ਕ੍ਰਾਸ ਹੈ ਜੀ। ਇਹ ਭਰਾਵਾਂ ਵਾਸਤੇ ਪਿਆਰ ਮੁਹੱਬਤ ਦੇ ਨਾਲ 43,000 ਰੁਪਈਆ ਦੀ ਕੀਮਤ ਇਹ ਹੈ। ਉਮਰ ਇਹਦੀ ਸਾਰੀ ਟੋਟਲ 4 ਮਹੀਨੇ ਤੋਂ 3.5 ਮਹੀਨੇ। ਮਾਸ਼ਾਅੱਲਾ ਜਾਨਵਰ, ਮਾਸ਼ਾਅੱਲਾ ਤੁਹਾਡੇ ਸਾਰੇ ਚੰਗੇ ਨੇ। ਤੇ ਮੈਂ ਆਪਣੇ ਸਾਰਿਆਂ ਭਰਾਵਾਂ ਨੂੰ ਮਤਲਬ ਕਿ ਸਲਾਮ ਦੇਣਾ ਵਾਂ। ਡੰਗਰ ਮਾਸ਼ਾਅੱਲਾ ਮੈਂ ਅੱਛੇ ਤੋਂ ਅੱਛੇ ਲੈ ਕੇ ਆਉਂਦਾ ਭਰਾਵਾਂ ਵਾਸਤੇ ਜੀ, ਤੇ ਇਨਸ਼ਾਅੱਲਾ ਭਰਾਵਾਂ ਨੂੰ ਪਸੰਦ ਵੀ ਆਉਣ ਦੇ। ਤੇ ਮੈਂ ਇਹਨਾਂ ਸਾਰਿਆਂ ਭਰਾਵਾਂ ਨੂੰ ਦੁਬਾਰਾ ਸਲਾਮ ਦੇਣਾ ਵਾਂ। ਤੇ ਮੀਆਂ ਸਾਹਿਬ ਦਾ ਸ਼ੇਰ ਹੈ, ਸੁਖਨੇ ਦੇ ਵਿੱਚ ਮੈਨੂੰ ਮਾਖੀ ਮਿਲਿਆ ਤੇ ਗਲ ਵਿੱਚ ਪਾ ਲਈਆਂ ਬਾਹਾਂ, ਸੁਖਨੇ ਦੇ ਵਿੱਚ ਮੈਨੂੰ ਮਾਖੀ ਮਿਲਿਆ ਤੇ ਗਲ ਵਿੱਚ ਪਾ ਲਈਆਂ ਬਾਹਾਂ, ਡਰਦੀ ਮਾਰੀ ਅੱਖ ਨਾ ਖੋਲਾਂ ਕਤੇ ਫੇਰ ਵਿਛੜ ਨਾ ਜਾਵਾਂ। ਮਾਸ਼ਾਅੱਲਾ, ਠੀਕ ਹੈ ਜੀ। ਅੱਲਾ ਪਾਕ ਖੁਸ਼ ਰੱਖੇ। ਪਾਕਿਸਤਾਨ ਜ਼ਿੰਦਾਬਾਦ।